अजीत पंजाबी दी ऑथेंटिक खबरां दे लई सब्सक्राइब करो अजीत वैब टीवी अते ताज़ी खबरां दी नोटिफिकेशन पाउण दे लई बैल आइकन ते क्लिक करो। इतने सब अज किसान मजदूर संघर्ष कमेटी वल्लों लंबे समय बाद जत्था जिहड़ा हैगा ब्यास तों दुबारा मुड़ तों रवाना कीता जिहड़ा इस बार किधर वास्ते तैयारी हैगी ते की मंगां हैगियां ने कदे संबंधी जिहड़ा वा प्रोटेस्ट शुरू हो रहा है। हाँ देखो जथेबंदी वालों जो अपना डेलीगेट इजलास किया तो ऐलान किया असी जड़ा मोहाली विच कौमी इंसाफ मोर्चा लगा वा जड़ियां उहदियां मंगां जिवें सजावां पूरियां कर चुके जड़े भी बंदी सिंह आ जां देश पद्धर ते बुद्धिजीवी आ होर वर्ग आ उहनां नूं भारत सरकार रिहा करे क्योंकि उहनां दे कानून मुताबक उहनां ने सजावां पूरियां कर लईआं वा। दूसरा बाइबल कलां गोली कांड जिहदा एक चलांत हो गया एक सप्लीमेंट चलांत कहिंदे रह गया वा उहदी मंग आ उत्थे उस चलांत पेश हो के फास्ट ट्रैक को जाना चाहिए। तीसरी हैगा वा बरगाड़ी वाला मसला उहदे च काफ़ी गल्लां हजे अधूरियां वा तां उहनूं पूरा करके जिहड़ी आ पंजाब सरकार मौजूदा ते उहनूं फास्ट ट्रैक को पहुँचावे तां जो न्यायपालिका जिहड़ी आ उहदा फैसला कर सके। ਜਿਸ ਤੱਕ ਸਰੂਪਾਂ ਦਾ ਸਵਾਲ ਸੀ ਵੀ ਜਿਹੜੇ ਗੁਆਚੇ ਹੋਏ ਸਰੂਪ ਆ ਸ਼੍ਰੋਮਣੀ ਕਮੇਟੀ ਨਾਲ ਸਵਾਲ ਹੈਗਾ ਉਹ ਦੇ ਸਕਦੇ ਉਹ ਤਾਂ ਵਧੀਆ ਤਾਂ ਅਸੀਂ ਚਾਹੁੰਦੇ ਹਾਂ ਸਰਕਾਰਾਂ ਕੋਲੋਂ ਵੀ ਜਿਹੜੇ ਪੰਜਾਬੀ ਬਗਾਨਗੀ ਦਾ ਮਹਿਸੂਸ ਕਰਦੇ ਆ ਦੇਸ਼ ਸਾਰਿਆਂ ਲਈ ਇੱਕੋ ਜਿਹਾ ਵਿਹਾਰ ਕਰੇ ਪੰਜਾਬੀਆਂ ਨੂੰ ਵੀ ਉਨਾ ਹੀ ਇਨਸਾਫ ਮਿਲਣਾ ਚਾਹੀਦਾ ਜਿੰਨਾ ਦੇਸ਼ ਦੇ ਵਾਸੀਆਂ ਨੂੰ ਮਿਲਣਾ ਚਾਹੀਦਾ ਤਾਂ ਜੋ ਬਗਾਨਗੀ ਦਾ ਅਹਿਸਾਸ ਨਾ ਹੋਵੇ ਤਾਂ ਤਾਂ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਜੀ ਜਿਹੜੇ ਨੇ ਉਹ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਤੇ ਮੈਨੂੰ ਲੱਗਦਾ ਵੀ ਗੱਲਬਾਤ ਕਰਨੀ ਚਾਹੀਦੀ ਹੈ ਜਿਹੜੀ ਉਸ ਮੋਰਚੇ ਦੀ ਲੀਡਰਸ਼ਿਪ ਤੇ ਡਾਇਲੋਗ ਨਾਲ ਮਸਲਿਆਂ ਦਾ ਹੱਲ ਕਰਨਾ ਚਾਹੀਦਾ। ਅੱਜ ਦੀ ਜਿਹੜੀ ਸ਼ਮੂਲੀਅਤ ਹੈ ਕਿ ਕੌਮੀ ਸਾਹਿਬ ਮੋਰਚੇ 'ਚ ਰਵਾਨਾ ਹੋ ਰਿਹਾ ਕਿ ਰਾਹ ਦਾ ਠਹਿਰਾਓ ਹੈਗਾ ਜਾਂ ਕਿਤੋਂ ਹੋਰ ਵੀ ਜਥੇ ਜਿਹੜੇ ਆ ਰਹੇ ਉੱਥੇ? ਨਹੀਂ ਮੈਨੂੰ ਨਹੀਂ ਲੱਗਦਾ। ਦੇਖੋ ਦੋ ਕਿਸਮ ਦੇ ਜਥੇ, ਇੱਕ ਤਾਂ ਟਰੈਕਟਰ ਟਰਾਲੀਆਂ ਦਾ ਜਥਾ ਵਾ ਵੱਡਾ, ਇੱਕ ਬੱਸਾਂ ਵਾ ਟਰੱਕ ਆ ਤੇ ਇੱਕ ਛੋਟੇ ਵਹੀਕਲ ਆ ਜਿਵੇਂ ਕਾਰਾਂ ਵਗੈਰਾ ਮਿੰਦਰਾ ਪਿਕਅਪ ਆ ਉਹ ਜਥਾ ਤਾਂ ਅਰਲੀ ਮਾਰਨਿੰਗ ਪਹੁੰਚ ਜੂਗਾ ਤੇ ਟਰਾਲੀਆਂ ਦਾ ਜਥਾ ਸ਼ਾਮ ਤੱਕ ਮੁਸ਼ਕਿਲ ਨਾਲ ਉੱਥੇ ਪਹੁੰਚੂਗਾ ਹੀ, ਉਹ ਕੱਲ੍ਹ ਹਾਜ਼ਰੀ ਲਵਾ ਸਕੂਗਾ। ਤਾਂ ਇਹ ਅੱਡ ਅੱਡ ਥਾਵਾਂ ਤੋਂ ਪੰਜਾਬ 'ਚ ਜਿਵੇਂ ਗੁਰਦਾਸਪੁਰ ਤੋਂ ਵੀ ਆ, ਹੁਸ਼ਿਆਰਪੁਰ ਤੋਂ ਵੀ ਆ, ਜਲੰਧਰ ਤੋਂ ਵੀ ਆ, ਕਪੂਰਥਲੇ ਤੋਂ ਵੀ ਆ, ਮਾਲਵੇ ਦੇ ਇਲਾਕਿਆਂ 'ਚੋਂ ਫਾਜ਼ਿਲਕੇ ਵੀ ਆ, ਭਾਵੇਂ ਕੰਮ ਦੀ ਰੁੱਤ ਵੀ ਹੈਗੀ ਆ, ਮੋਗੇ ਤੋਂ ਵੀ ਜਾਣਗੇ। ਇਹ ਤਾਂ ਤਰਨ ਤਾਰਨ ਫਿਰੋਜ਼ਪੁਰ ਆ, ਅੱਡ ਅੱਡ ਜਥੇ ਨੇ। ਹੋਰ ਕੋਈ ਜਥੇਬੰਦੀਆਂ ਨਹੀਂ ਆ, ਕਿਸਾਨੀ ਜਥੇਬੰਦੀਆਂ ਤੁਹਾਡੇ ਨਾਲ ਕਿਹੜੀਆਂ ਚੱਲ ਰਹੀਆਂ? ਨਾ ਸਾਡੀ ਜਥੇਬੰਦੀ ਅੱਜ ਹਾਜ਼ਰੀ ਲਵਾ ਸਿਰਫ ਤੁਹਾਡੀ ਜਥੇਬੰਦੀ ਵੱਲੋਂ ਸਾਰੇ ਦਾ ਸਾਰਾ ਹਾਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਠੀਕ ਹੈ, ਇਸ ਤੋਂ ਇਲਾਵਾ ਹੁਣ ਫਸਲਾਂ ਦੇ ਖਰਾਬੇ ਨੂੰ ਲੈ ਕੇ ਹਾਲੇ 2-3 ਦਿਨ ਪਹਿਲਾਂ ਤੋਂ ਹੀ ਪਟਾਲੇ ਦੇ ਵਿੱਚ ਰੇਲਾਂ ਜਾਮ ਕੀਤੀਆਂ, ਉਹ ਮਸਲਾ ਹੱਲ ਹੋ ਗਿਆ ਤੁਹਾਡਾ ਜਿਹੜਾ ਆਪਾਂ ਮੋਹਾਲੀ? ਮੈਨੂੰ ਲੱਗਦਾ ਭਗਵੰਤ ਮਾਨ ਜੀ ਪੂਰੇ ਪੰਜਾਬ ਨਾਲ ਜਿਸ ਕਿਸਮ ਦਾ ਇਸ ਵੇਲੇ ਕ੍ਰਾਈਸਿਸ ਆ, ਫਸਲ ਮਾਰੀ ਗਈ ਆ, ਬੇਇਨਸਾਫੀ ਕਰ ਰਹੇ ਆ। ਮੈਨੂੰ ਕਿਤੇ ਵੀ ਪਟਵਾਰੀ ਨਜ਼ਰ ਨਹੀਂ ਆਈ ਪੰਜਾਬ ਦੇ ਵਿੱਚ। ਸਾਡੀ ਮੰਗ ਨਹੀਂ ਹੈਗੀ, ਪੂਰੇ ਪੰਜਾਬੀਆਂ ਦੀ, ਪੂਰੇ ਕਿਸਾਨਾਂ ਦੀ ਮੰਗ ਆ ਵੀ ਸਾਨੂੰ ਪਟਵਾਰੀ ਕਿਤੇ ਗਰਦੌਰੀਆਂ ਕਰਦੇ ਦੀਦੇ ਨਹੀਂ ਹੈਗੇ। ਜੇ ਵਾਅਦਾ ਕੀਤਾ ਐਡਾ ਵੱਡਾ ਕ੍ਰਾਈਸਿਸ ਆ ਖੇਤੀ ਸੈਕਟਰ ਦੇ ਵਿੱਚ, ਇਦੋਂ ਵੱਡਾ ਸੈਕਟਰ ਕ੍ਰਾਈਸਿਸ ਇਹ ਆ ਰਿਹਾ ਵੀ ਮੰਡੀਆਂ ਵਿੱਚ ਕਣਕ ਰੋਲ ਡੈ ਪਈ ਆ, ਤਾਂ ਤੁਰੰਤ ਗਰਦੌਰੀਆਂ ਕਰਕੇ 15,000 ਰਕਮ ਬਹੁਤ ਥੋੜ੍ਹੀ ਆ, ਅਸੀਂ ਭਾਵੇਂ 50 ਦੀ ਮੰਗ ਕਰ ਰਹੇ ਉੱਤੇ ਸਾਨੂੰ ਸੰਘਰਸ਼ ਕਰਨਾ ਪੈਣਾ। ਤਾਂ ਵਾਕਿਆ ਜੇ ਵਾਅਦਾ ਕੀਤਾ ਵਾ ਤੇ 14 ਅਪ੍ਰੈਲ ਤੱਕ ਜਿਹੜਾ ਵਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਤੁਹਾਡੇ ਹਲਕੇ ਨਾਲ ਸੰਬੰਧਿਤ ਮਾਝੇ ਦੇ ਕੈਬਨਿਟ ਮੰਤਰੀ ਉੱਤੇ ਦਾਅਵਾ ਕਰ ਰਹੇ ਖੇਤਾਂ ਦੇ ਵਿੱਚ ਜਾ ਕੇ ਗਰਦੌਰੀਆਂ ਸ਼ੁਰੂ ਕਰਦੀਆਂ? ਇਹ ਦੇਖੋ, ਇਹ ਦਾਅਵੇ ਤਾਂ ਮੀਡੀਆ ਤੇ ਕੀਤੇ ਜਾ ਸਕਿਆ, ਸਵਾਲ ਤੇ ਹੈਗਾ ਵੀ ਗਰਾਊਂਡ ਜ਼ੀਰੋ ਦੇ ਰਿਪੋਰਟ ਕੀ ਆ? ਕੀ ਕਿਸਾਨ ਇਸ ਗੱਲ ਨੂੰ ਕਬੂਲ ਰਹੇ ਵੀ ਪਟਵਾਰੀ ਆ ਰਹੇ ਆ? ਕਿਸਾਨਾਂ ਵਿੱਚ ਤਾਂ ਹਾਹਾਕਾਰ ਆ, ਉੱਥੇ ਕੋਈ ਜਾ ਨਹੀਂ ਰਿਹਾ।